ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ। ਦੱਸਦੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅਧਿਆਕਸ਼ ਐਸਸੀ ਵਿੰਗ ਦੇ ਜ਼ਿਲ੍ਹਾ ਅਧਿਆਕਸ਼ ਸੁਰਜੀਤ ਕੁਮਾਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਹੈ ਉਹ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਤੁਸੀਂ ਠੀਕ ਸੁਣ ਰਹੇ ਹੋ, ਸੁਰਜੀਤ ਕੁਮਾਰ ਦੇ ਉੱਤੇ ਜਿਹੜਾ ਹੈ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਜਦੋਂ ਸਾਡੇ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਉਹ ਕੈਬਨਿਟ ਮੰਤਰੀ ਦੇ ਘਰੋਂ ਵਾਪਿਸ ਜਿਹੜੇ ਆਪਣੇ ਘਰ ਨੂੰ ਪਰਤੇ ਹੀ ਸੀ ਕਿ ਪਠਾਨਕੋਟ ਹਾਈਵੇ ਉੱਤੇ ਸਰਨੇ 'ਤੇ ਜਿਹੜਾ ਸਾਂਝਾ ਚੁੱਲ੍ਹਾ ਜਿਹੜਾ ਨਾਮਕ ਇੱਕ ਢਾਬਾ ਆਉਂਦਾ ਹੈ ਉੱਥੇ ਉਹਨਾਂ ਦੀ ਗੱਡੀ ਨੂੰ ਜਿਹੜਾ ਹੈ ਉਹ ਦੋ ਨੌਜਵਾਨਾਂ ਵੱਲੋਂ ਜ਼ਬਰਦਸਤੀ ਰੋਕਿਆ ਗਿਆ ਅਤੇ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉੱਤੇ ਜਿਹੜਾ ਹੈ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕਰ ਦਿੱਤਾ ਗਿਆ। ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਫਿਲਹਾਲ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸਿਵਲ ਹਸਪਤਾਲ ਪਠਾਨਕੋਟ ਵਿਖੇ ਹੋ ਰਿਹਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ 7C ਨਿਊਜ਼ ਤੁਹਾਨੂੰ ਦਿਖਾ ਰਿਹਾ। ਇਸ ਸਮੇਂ ਦੀ ਵੱਡੀ ਖਬਰ 7C ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ ਕਿ ਜ਼ਿਲ੍ਹਾ ਅਧਿਆਕਸ਼ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅਧਿਆਕਸ਼ ਐਸਸੀ ਵਿੰਗ ਦੇ ਸੁਰਜੀਤ ਕੁਮਾਰ ਨੂੰ ਜਿਹੜਾ ਹੈ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਜ਼ਖਮੀ। ਮੇਰਾ ਨਾਮ ਜੀ ਹਰਜੀਤ ਕੁਮਾਰ ਹੈ। ਮੈਂ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪ੍ਰਧਾਨ ਐਸਸੀ ਵਿੰਗ ਦਾ। ਅੱਜ ਜੀ ਅਸੀਂ ਮੰਤਰੀ ਸਾਹਿਬ ਦੇ ਘਰ ਸ੍ਰੀ ਲਾਲ ਚੰਦ ਕਟੌਰ ਚੱਕ ਦੇ ਘਰ ਪ੍ਰੋਗਰਾਮ ਸੀਗਾ। ਉੱਥੋਂ ਅਸੀਂ ਦੁਪਹਿਰ ਨੂੰ ਖਾਣਾ ਖਾ ਕੇ ਨਿਕਲੇ ਹਾਂ ਔਰ ਸਰਨੇ ਹਾਈਵੇ ਦੇ ਉੱਤੇ ਸਾਂਝਾ ਚੁੱਲ੍ਹਾ ਇੱਕ ਢਾਬਾ ਹੈ ਉੱਥੇ ਅਸੀਂ ਰੁਕੇ ਹਾਂ ਥੋੜ੍ਹੀ ਦੇਰ ਵਾਸਤੇ ਔਰ ਗੱਡੀ ਦੇ ਵਿੱਚ ਬੈਠੇ ਅਸੀਂ ਕੁਛ ਅਣਪਛਾਤੇ ਲੋਕ ਆਏ ਹੈ। ਦੋ ਜਣੇ ਸੀ, ਇੱਕ ਕੋਲ ਦਾਤਰ ਸੀਗਾ ਔਰ ਇੱਕ ਕੋਲ ਪੈਪ ਸੀ ਰਾਡ ਲੋਹੇ ਦੀ ਔਰ ਉਹਨਾਂ ਨੇ ਕੁਛ ਨਹੀਂ ਪੁੱਛਿਆ, ਕਹਿੰਦੇ ਬਾਹਰ ਨਿਕਲੋ ਬਾਹਰ ਨਿਕਲੋ ਔਰ ਉਹਨਾਂ ਨੇ ਹਮਲਾ ਕਰਤਾ। ਇਹਦੀ ਪਛਾਣ ਹੈਗੀ ਮਾੜੀ ਮੋਟੀ ਜਾਂ ਕੋਈ? ਉਹਨਾਂ ਨੇ ਜੀ ਮੂੰਹ ਬੰਨੇ ਹੋਏ ਸੀ। ਕੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਕਿਸੇ ਨਾਲ? ਕਿਸੇ ਨਾਲ ਅੱਡੀ ਅਸੀਂ ਸਾਡੀ ਦੇ ਸੇਵਾਦਾਰ ਬੰਦੇ ਹੈਗੇ ਅਸੀਂ ਪਾਰਟੀ ਦੇ। ਕੋਈ ਉਹਨਾਂ ਨੇ ਕੋਈ ਖੋਹ ਦੀ ਵੀ ਕੀਤੀ ਕੋਸ਼ਿਸ਼ ਜਾਂ ਕੁਛ? ਨਹੀਂ, ਖੋਹਣ ਖਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਬਸ ਹਮਲਾ ਕੀਤਾ ਜੀ ਉਹਨਾਂ ਨੇ। ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸਿੰਘ ਦੀ ਰਿਪੋਰਟ।